ਸਚਰਕਾਲ ਪੀਐਨਸੀ ਅੰਦੇਖਰੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਇੱਕ ਪਾਸੇ ਤਾਂ ਕੈਨੇਡਾ ਦੇ ਵੱਲੋਂ ਅਜਿ ਇਤਿਹਾਸਕ ਐਲਾਨ ਕੀਤਾ ਗਿਆ ਹੈ ਕਿ ਅਗਲੇ 3 ਸਾਲ ਦੇ ਸਮੇਂ ਵਿੱਚ 12 ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਬੁਲਾਉਣ ਦਾ ਟੀਚਾ ਮਿਠਿਆ ਗਿਆ ਤਾਂ ਨਾਲ ਹੀ ਅੱਜ ਦੇ ਦਿਨ ਹੀ ਟਰੈਵਲ ਨੂੰ ਲੈ ਕੇ ਰੋਕ ਦੇ ਸਮੇਂ ਦੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੁਣ ਤੱਕ ਕਿਐਸ ਲਗਾਏ ਜਾ ਰਹੇ ਸਨ ਕਿ ਇਹ ਰੋਕ ਹੈ ਜੋ ਟਰੈਵਲ ਦੇ ਉੱਤੇ 31 ਅਕਤੂਬਰ ਤੱਕ ਹੀ ਹੋਵੇਗੀ ਪਰ ਟਰੈਵਲ ਦੇ ਉੱਤੇ ਰੋਕ ਨੂੰ 30 ਨਵੰਬਰ ਤੱਕ ਹੋਰ ਵਧਾ ਦਿੱਤਾ ਗਿਆ ਹੈ ਜੋ ਇਸ ਤੋਂ ਪਹਿਲਾਂ ਅਮਰੀਕਾ ਤੇ ਕੈਨੇਡਾ ਦੇ ਬਾਰਡਰ ਬੰਦ ਕਰਨ ਦਾ ਫੈਸਲਾ ਸੀ ਉਸ ਦੇ ਉੱਤੇ ਵੀ ਜਦੋਂ 30 ਦਿਨ ਦੇ ਵਾਸਤੇ ਅੱਗੇ ਸਮਾਂ ਪਾ ਦਿੱਤਾ ਗਿਆ ਸੀ ਕਿ ਸਮੇਂ ਵਿੱਚ ਵਾਧਾ ਕਰ ਦਿੱਤਾ ਗਿਆ ਸੀ ਤਾਂ ਉਸ ਸਮੇਂ ਮੰਨਿਆ ਜਾ ਰਿਹਾ ਸੀ ਕਿ ਜੋ ਕੈਨੇਡਾ ਵਿੱਚ ਹੋਰ ਦੇਸ਼ਾਂ ਤੋਂ ਲੋਕ ਆਉਂਦੇ ਨੇ ਉਹਨਾਂ ਦੇ ਵਾਸਤੇ ਵੀ ਰੋਕ ਨੂੰ ਹੋਰ ਅੱਗੇ ਵਧਾਇਆ ਜਾ ਸਕਦਾ ਹੈ ਤੇ ਉਹ ਐਲਾਨ ਅਜਹ ਕਰ ਹੀ ਦਿੱਤਾ ਗਿਆ 3 ਨਵੰਬਰ ਤੱਕ ਦਾ ਹੁਣ ਸਮਾਂ ਦਿੱਤਾ ਗਿਆ ਜਦੋਂ ਤੱਕ ਜੋ ਕੈਨੇਡਾ ਵਿੱਚ ਟ੍ਰੈਵਲ ਨੂੰ ਲੈ ਕੇ ਰੋਕ ਲੱਗੀ ਹੋਈ ਹੈ ਉਸੇ ਤਰ੍ਹਾਂ ਲਾਗੂ ਰਹੇਗੀ ਪਰ ਇਸ ਦੇ ਵਿੱਚ ਜਿਨ੍ਹਾਂ ਨੂੰ ਛੋਟ ਮਿਲੀ ਹੋਈ ਹੈ ਉਸੇ ਤਰ੍ਹਾਂ ਹੀ ਚੱਲਦੀ ਰਹੇਗੀ ਇੱਥੇ ਜ਼ਿਕਰ ਹੋ ਗਿਆ ਕਿ ਪੰਜਵੀਂ ਵਾਰ ਟ੍ਰੈਵਲ ਦੇ ਉੱਤੇ ਲੱਗੀ ਰੋਕ ਨੂੰ ਅੱਗੇ ਵਧਾਇਆ ਗਿਆ ਜਦੋਂ ਤੋਂ ਪਹਿਲੀ ਵਾਰ 18 ਮਾਰਚ ਨੂੰ ਜੂਨ 30 ਤੱਕ ਇਹ ਰੋਕ ਲਗਾਈ ਗਈ ਸੀ ਉਸ ਤੋਂ ਬਾਅਦ ਇਸ ਦੇ ਉੱਤੇ ਜੋ ਅਪਡੇਟ ਹੈ ਉਹ ਦਿੱਤੀ ਗਈ ਹੈ ਇੱਥੇ ਜ਼ਿਕਰ ਯੋਗ ਹੈ ਕਿ ਜੋ ਕੈਨੇਡੀਅਨ ਸਿਟੀਜ਼ਨ ਨੇ ਪਰਮਨੈਂਟ ਰੈਜ਼ੀਡੈਂਟ ਨੇ ਜਾਂ ਫਿਰ ਜੋ ਹੁਣ ਇੰਟਰਨੈਸ਼ਨਲ ਸਟੂਡੈਂਟ ਵੀ ਨੇ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਇਜਾਜ਼ਤ ਮਿਲ ਗਈ ਹੈ ਕਿ ਉਹ ਕੈਨੇਡਾ ਵਿੱਚ ਆ ਸਕਦੇ ਨੇ ਤੇ ਜਿਹੜੇ ਇਮੀਡੀਏਟ ਫੈਮਿਲੀ ਮੈਂਬਰ ਨੇ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਦੇ ਉਹ ਵੀ ਆ ਸਕਦੇ ਨੇ ਇਹਨਾਂ ਨੂੰ ਕਾਫੀ ਦਿਨ ਪਹਿਲਾਂ ਇਜਾਜ਼ਤ ਦਿੱਤੀ ਗਈ ਸੀ ਪਰ ਅਕਤੂਬਰ ਮਹੀਨੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਤਾਂ ਆਉਣ ਦੀ ਇਜਾਜ਼ਤ ਦਿੱਤੀ ਹੀ ਗਈ ਸਗੋਂ ਜੋ ਐਕਸਟੈਂਡਡ ਫੈਮਲੀ ਮੈਂਬਰ ਨੇ ਕੈਨੇਡੀਅਨਸ ਦੇ ਉਹਨਾਂ ਨੂੰ ਵੀ ਇਜਾਜ਼ਤ ਦਿੱਤੀ ਗਈ ਸੀ ਤੇ ਜੋ ਬਿਸਟਰ ਵੀਜ਼ਾ ਦੇ ਉੱਤੇ ਨੇ ਤੇ ਫਿਰ ਹੋਰ ਬਿਨਾ ਕਿਸੇ ਮੁੱਖ ਕਾਰਨ ਤੋਂ ਕੈਨੇਡਾ ਆਉਣਾ ਚਾਹੁੰਦੇ ਨੇ ਫਿਲਹਾਲ ਉਹ ਕੈਨੇਡਾ ਨਹੀਂ ਆ ਸਕਦੇ ਇੱਥੇ ਜ਼ਿਕਰ ਹੀ ਹੋ ਗਿਆ ਕਿ ਬੇਸ਼ੱਕ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਤਾਂ ਬੰਦ ਨੇ ਪਰ ਬਾਈ 에ਅਰ ਕੈਨੇਡੀਅਨ ਜੋ ਅਮਰੀਕਾ ਦੇ ਵਿੱਚ ਟਰੈਵਲ ਕਰਦੇ ਨੇ ਤੇ ਫਿਰ ਵਾਪਸ ਵੀ ਆ ਸਕਦੇ ਨੇ ਤਾਂ ਕੁਝ ਇਸੇ ਤਰ੍ਹਾਂ ਜਿਨ੍ਹਾਂ ਨੂੰ ਇਜਾਜ਼ਤ ਦਿੱਤੀ ਵੀ ਗਈ ਹੈ ਕੈਨੇਡਾ ਵਿੱਚ ਆਉਣ ਦੀ ਉਸ ਦੇ ਵਿੱਚ ਜੋ 14 ਦਿਨ ਦੇ ਲਈ ਲਾਜ਼ਮੀ ਤੌਰ ਦੇ ਉੱਤੇ ਉਹਨਾਂ ਦਾ ਵੱਖਰੇ ਤੌਰ ਦੇ ਉੱਤੇ ਰਹਿਣਾ ਲਾਜ਼ਮੀ ਕੀਤਾ ਗਿਆ ਉਸ ਦੇ ਵਿੱਚ ਵੀ ਸਿਰਫ ਉਹਨਾਂ ਨੂੰ ਛੋਟ ਦਿੱਤੀ ਜਾਵੇਗੀ

ਜਿਹੜੇ ਕਿ ਇਸ ਕਰਕੇ ਕੈਨੇਡਾ ਵਿੱਚ ਆਏ ਨੇ ਜਾਂ ਤਾਂ ਉਹਨਾਂ ਨੇ ਕਿਸੇ ਵਿਅਕਤੀ ਦੇ ਜੋ ਉਹਨਾਂ ਦੇ ਕਿਸੇ ਕੋਈ ਕਰੀਬੀ ਹੈ ਉਸ ਦੇ ਆਖਰੀ ਸਮੇਂ ਦੌਰਾਨ ਉਸ ਨੂੰ ਮਿਲਣਾ ਹੈ ਜਾਂ ਫਿਰ ਕਿਸ ਦੀ ਅੰਤਮ ਰਸਮਾਂ ਦੇ ਵਿੱਚ ਉਹਨਾਂ ਨੇ ਸ਼ਾਮਲ ਹੋਣਾ ਹੈ ਕੁਝ ਅਜਿਹੇ ਜ਼ਰੂਰੀ ਕੰਮਾਂ ਦੇ ਵਾਸਤੇ ਹੀ ਉਹਨਾਂ ਨੂੰ ਇਜਾਜ਼ਤ ਮਿਲਦੀ ਹੈ ਕਿ ਉਹ 14 ਦਿਨ ਦਾ ਜੋ ਸਮਾਂ ਹੈ ਉਸ ਦੌਰਾਨ ਵੀ ਉਹ ਆ ਕੇ ਬਾਹਰ ਜੋ ਆਖਰੀ ਰਸਮਾਂ ਦੇ ਦੌਰਾਨ ਸ਼ਾਮਲ ਹੋ ਸਕਦੇ ਨੇ ਜਾਂ ਫਿਰ ਜੋ ਸਿਹਤ ਵਿਭਾਗ ਦੇ ਵੱਲੋਂ ਕਿਸੇ ਦੇ ਆਖਰੀ ਸਮੇਂ ਦੌਰਾਨ ਵਾਸਤੇ ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੋਵੇ ਤਾਂ ਉਸ ਤਰ੍ਹਾਂ ਉਹ ਸ਼ਾਮਲ ਹੋ ਸਕਦੇ ਲੱਖਦੇ ਨੇ ਪਰ ਉਹਨਾਂ ਤੋਂ ਇਲਾਵਾ ਸਾਰਿਆਂ ਦੇ ਵਾਸਤੇ ਲਾਜ਼ਮੀ ਹੈ ਕਿ 14 ਦਿਨ ਦੇ ਵਾਸਤੇ ਵੱਖਰੇ ਤੌਰ ਦੇ ਉਤੇ ਰਹਿਣਾ ਜ਼ਰੂਰੀ ਹੈ ਜੋ ਇੰਟਰਨੈਸ਼ਨਲ ਸਟੂਡੈਂਟ ਵੀ ਆ ਰਹੇ ਨੇ ਉਹਨਾਂ ਦੇ ਵਾਸਤੇ ਵੀ ਇਹੋ ਕਿਹਾ ਗਿਆ ਹੈ ਕਿ ਪਹਿਲਾਂ ਤੋਂ ਆਪਣੀ 14 ਦਿਨ ਦੇ ਵਾਸਤੇ ਕੈਨੇਡਾ ਵਿੱਚ ਜਾ ਕੇ ਤੁਸੀਂ ਕਿੱਥੇ ਇਕੱਲੇ ਤੌਰ ਤੇ ਰਹਿਣਾ ਤੇ ਉੱਥੇ ਤੁਹਾਡਾ ਰਹਿਣ ਦੇ ਨਾਲ ਹੀ ਤੁਹਾਨੂੰ ਸਹੂਲਤਾਂ ਤੇ ਨਾਲ ਹੀ ਖਾਣ ਪੀਣ ਦਾ ਵੀ ਇੰਤਜ਼ਾਮ ਹੋਵੇ ਇਸ ਦੀ ਵੀ ਪੁਸ਼ਟੀ ਕਰਕੇ ਆਉਣੀ ਹੈ ਜੋ ਅਜੇ ਲਾਂਕ ਕੀਤਾ ਗਿਆ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿ ਅਗਲੇ 3 ਸਾਲ ਤੱਕ 12 ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਬੁਲਾਇਆ ਜਾਵੇਗਾ ਉਸ ਦੇ ਵਿੱਚ ਵੱਖ-ਵੱਖਰੇ ਪਾਇਲਟ ਪ੍ਰੋਗਰਾਮ ਤੇ ਐਕਸਪ੍ਰੈਸ ਐਂਟਰੀ ਦੇ ਤਹਿਤ ਵੀ ਤੇ ਵੱਖ-ਵੱਖਰੇ ਪ੍ਰੋਗਰਾਮ ਨੇ ਚਾਹੇ ਪ੍ਰੋਵਿੰਸ਼ੀਅਲ ਹੋਣ ਚਾਹੇ ਉਹ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸ਼ੁਰੂ ਕੀਤੇ ਗਏ ਹੁਣ ਉਸ ਦੌਰਾਨ ਉਹ ਅਪਲਾਈ ਕਰ ਸਕਦੇ ਨੇ ਕੈਨੇਡਾ ਦੀ ਪੀਆਰ ਦੇ ਵਾਸਤੇ ਤੇ ਉਹ ਕੈਨੇਡਾ ਵਿੱਚ ਆ ਸਕਦੇ ਨੇ ਜਿਵੇਂ ਹੀ ਉਹ ਯੋਗਤਾ ਨੂੰ ਪੂਰੀ ਕਰਦੇ ਨੇ ਜਿਸ ਦੇ ਬਾਰੇ ਅੱਜ ਐਮਪੀ ਰਣਦੀਪ ਸਰਾਏ ਦੇ ਵੱਲੋਂ ਵੀ ਅਪਡੇਟ ਦਿੱਤੀ ਗਈ ਸੀ ਤੇ ਉਸ ਦੇ ਬਾਰੇ ਅਸੀਂ ਪਹਿਲਾਂ ਇੱਕ ਵੀਡੀਓ ਅਪਲੋਡ ਕਰ ਚੁੱਕੇ ਹਾਂ ਤੁਸੀਂ ਉੱਥੇ ਉਹ ਦੇਖ ਸਕਦੇ ਹੋ ਜੇਕਰ ਇਸ ਦੇ ਉੱਤੇ ਕੋਈ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਸ ਤੁਹਾਨੂੰ ਦੱਸਾਂਗੇ